ਅਨਵਾਦ ਸਾਹ ਜਗਜੀਤ ਸਿੰਘ ਜੀ ਤੇ ਗੁਰਦੁਆਰਾ ਮੀਰੀ ਪੀਰੀ ਵਿੱਚ ਬੈਠੇ ਹੋਏ ਮੇਰੇ ਪਤਵੰਤੇ ਮਿੱਤਰੋ ਬੜੇ ਚੰਗੇ ਕੁਐਸਚਨ ਰੇਜ਼ ਕੀਤੇ ਤੁਸੀਂ ਸ਼ੁਰੂ ਦੇ ਵਿੱਚ ਇਦਾਂ ਲੱਗਦਾ ਸੀ ਸ਼ਾਇਦ ਸਾਡੀ ਸਾਰੀ ਵਿਚਾਰ ਚਰਚਾ ਜਿਹੜੀ ਹੈ ਕਿਸੇ ਹੋਰ ਹੀ ਪਾਸੇ ਤੁਰੀ ਚਲੀ ਜਾਂਦੀ ਹੈ ਮੇਰੇ ਵੀਰਾਂ ਨੇ ਆਖਿਆ ਹੈ ਸਿਧਾਂਤ ਦੇ ਵਿੱਚ ਕੋਈ ਬੰਡ ਨਹੀਂ ਗਈ ਉਹ ਮੇਰੇ ਭਾਈ ਸਿਧਾਂਤ ਦੇ ਵਿੱਚ ਤੇ ਬੰਡ ਹੁੰਦੀ ਨਹੀਂ ਵੰਡੇ ਤੇ ਉਹਨਾਂ ਲੋਕਾਂ ਦੇ ਵਿੱਚ ਆਉਂਦੀ ਹੈ ਜਿਹੜੇ ਸਿਧਾਂਤ ਨੂੰ ਮੰਨਣ ਦਾ ਦਾਵਾ ਤਾਂ ਕਰਦੇ ਐ ਪਰ ਸਿਧਾਂਤੋਂ ਕਿੰਨਾ ਦੂਰ ਹੁੰਦੇ ਐ ਅਖੀਰ ਦੇ ਵਿੱਚ ਮੇਰੇ ਬਹੁਤ ਸਤਿਕਾਰਯੋਗ ਸਰਦਾਰ ਸਾਹਿਬ ਜੀ ਨੇ ਮੈਨੂੰ ਨਾਂ ਤੁਸੀਂ ਨਹੀਂ ਦੱਸੇ ਮੈਨੂੰ ਨਹੀਂ ਪਤਾ ਕੌਣ ਸੀ ਉਹਨਾਂ ਨੇ ਜਿਹੜੀ ਗੱਲ ਕੀਤੀ ਹੈ ਸਾਰੀ ਗੱਲ ਉੱਥੇ ਆ ਕੇ ਮੁਕਤੀ ਹੈ ਉਹਨਾਂ ਆਖਿਆ ਆਪਣੇ ਮਨ ਦੇ ਵਿੱਚ ਨਾਮ ਦੀ ਸੰਭਾਲ ਕਰਨੀ ਚਾਹੀਦੀ ਹੈ ਜਦੋਂ ਤੱਕ ਮਨ ਦੇ ਵਿੱਚ ਸਾਡੇ ਜੀਵਨ ਦੇ ਵਿੱਚ ਨਾਮ ਨਹੀਂ ਵਸਦਾ ਅਸੀਂ ਆਪਣੇ ਜੀਵਨ ਦੇ ਵਿੱਚੋਂ ਵਿਕਾਰ ਖਤਮ ਨਹੀਂ ਕਰ ਸਕਦੇ ਜਦੋਂ ਤੱਕ ਸਾਡੇ ਜੀਵਨ ਦੇ ਵਿੱਚੋਂ ਵਿਕਾਰ ਖਤਮ ਨਹੀਂ ਹੁੰਦੇ ਸਾਡੇ ਆਪਣੇ ਮਨ ਦੀ ਮੱਤ ਨਹੀਂ ਸਾਡਾ ਖੜਾ ਛੱਡਦੀ ਜਦੋਂ ਤੱਕ ਅਸੀਂ ਆਪਣੀ ਹਉਮੈ ਨੂੰ ਕੰਟਰੋਲ ਦੇ ਵਿੱਚ ਨਹੀਂ ਕਰਦੇ ਦੂਜੇ ਨੂੰ ਆਪਣੇ ਤੋਂ ਚੰਗਾ ਨਹੀਂ ਮੰਨਦੇ ਆਪਣੀਆਂ ਜ਼ਰੂਰਤਾਂ ਤੋਂ ਪਹਿਲਾਂ ਦੂਸਰੇ ਦੀਆਂ ਜ਼ਰੂਰਤਾਂ ਦਾ ਧਿਆਨ ਨਹੀਂ ਕਰਦੇ ਤਦੋਂ ਤੱਕ ਅਸੀਂ ਆਪਾਂ ਆਪਣੀ ਅਮਲੀ ਜੀਵਨ ਕਿਵੇਂ ਉੱਚਾ ਚੱਕ ਸਕਾਂਗੇ ਦੂਸਰੀ ਜਿਹੜੀ ਗੱਲ ਸਾਰੀ ਵਿਚਾਰ ਦੇ ਵਿੱਚ ਜਿਹੜੀ ਵਾਰ-ਵਾਰ ਆਈ ਤੇ ਇਸ ਗੱਲ ਨੇ ਮੈਨੂੰ ਦਰਸਲ ਥੋੜਾ ਦੁਖੀ ਕੀਤਾ ਹੈ ਅਸੀਂ ਵਾਰ-ਵਾਰ ਦੂਸਰੇ ਤੇ ਕਿਉਂ ਦੋਸ਼ ਦਿੰਦੇ ਆ ਦਦਾ ਦੋਸ਼ ਨਾ ਦੇ ਕਿਸੇ ਦੋਸ਼ ਕਰਮਾਂ ਆਪਣੇ ਆ ਕਦੇ ਆਪਣੇ ਆਪ ਵੱਲ ਝਾਤ ਮਾਰ ਕੇ ਵੇਖੀਏ ਇਹ ਨਾ ਵੇਖੀਏ ਕਿ ਜਥੇਦਾਰ ਕੀ ਕਰਦੇ ਐ ਇਹ ਨਾ ਵਖੀਏ ਅੱਜ ਦਾ ਸਿਆਸੀ ਆਗੂ ਕੀ ਕਰਦਾ ਐ ਇਹ ਨਾ ਵੇਖੀਏ ਕਿ ਜਿਹੜੇ ਲੋਕ ਇਹ ਕਰਨ ਵਾਲੇ ਨੇ ਇਹ ਕੁਝ ਉਹ ਕੀ ਕਰਦੇ ਆ ਅਸੀਂ ਕਦੇ ਇਹ ਵੇਖਿਆ ਅਸੀਂ ਕੀ ਕਰਦੇ ਆ ਬਾਰ-ਬਾਰ ਬਾਰ-ਬਾਰ ਅਸੀਂ ਉਹੀ ਗੱਲਾਂ ਦੁਹਰਾਉਣ ਦੇ ਆ ਯਤਨ ਕਰਦੇ ਆ ਆਪਣੀਆਂ ਜ਼ਿੰਮੇਵਾਰੀਆਂ ਤੋਂ ਬਚਣ ਦੇ ਲਈ ਅਸੀਂ ਦੋਸ਼ ਦੂਸਰਿਆਂ ਦੇ ਸਿਰ ਦੇ ਉੱਤੇ ਰੱਖਦੇ ਆ ਮੈਨੂੰ ਪਤਾ ਹੈ ਤੁਸੀਂ ਸਾਰੇ ਸੱਜਣ ਜਿੰਨੇ ਵੀ ਉੱਥੇ ਜੁੜੇ ਬੈਠੇ ਸੋ ਆਪਣੇ ਆਪਣੇ ਖੇਤਰ ਦੇ ਵਿੱਚ ਯਤਨ ਕਰਦੇ ਹੋ ਬੜੇ ਸਾਲਾਂ ਤੋਂ ਤੁਸੀਂ ਪੰਥ ਦੇ ਸਫਾਂ ਦੇ ਵਿੱਚ ਆਪਣੇ ਆਪਣੇ ਜਥਾ ਸ਼ਕਤ ਆਪਣੇ ਆਪਣੇ ਵਿੱਤ ਦੇ ਮੁਤਾਬਕ ਆਪਣਾ ਹਿੱਸਾ ਪਾਉਂਦੇ ਹੋ ਉਸ ਦੇ ਬਾਵਜੂਦ ਵੀ ਜਿਹੜਾ ਮੇਰਾ ਸਵਾਲ ਸੀ ਉਹ ਇਹ ਸਵਾਲ ਸੀ ਕਿ ਇੰਨੀ ਅਮੀਰ ਵਿਰਸੇ ਦੇ ਵਾਰਿਸ ਹੋਣ ਦੇ ਬਾਵਜੂਦ ਵੀ ਕੀ ਕਾਰਨ ਹੈ ਕਿ ਅਸੀਂ ਆਪਣੇ ਆਪ ਨੂੰ ਅਜ ਪੰਥਕ ਤੌਰ ਦੇ ਉੱਤੇ ਵੰਡਿਆ ਹੋਇਆ ਅਸੀਂ ਕਹਿੰਨੇ ਹੈ ਕਿ ਅਸੀਂ ਵੰਡਿਆ ਨਹੀਂ ਹੋਇਆ ਜੇ ਅਸੀਂ ਆਪਣੇ ਆਪ ਨੂੰ ਪੰਥਕ ਤੌਰ ਦੇ ਉੱਤੇ ਨਹੀਂ ਵੰਡਿਆ ਹੋਇਆ ਫੇਰ ਜਾਤਾਂ ਬਰਾਦਰੀਆਂ ਦੇ ਨਾਂ ਦੇ ਉੱਤੇ ਬਾਹਰ ਗੁਰਦੁਆਰਿਆਂ ਦੇ ਬਾਹਰ ਬੋਰਡ ਕਿਉਂ ਲੱਗੇ ਹੋਏ ਐ ਅੱਜ ਕਿੱਡੀ ਸ਼ਰਮ ਵਾਲੀ ਗੱਲ ਆ ਸਾਡੇ ਵਾਸਤੇ ਕਿ ਅੱਜ ਅੱਜ ਅਸੀਂ ਪੰਜ ਪਿਆਰੇ ਜਿਹੜੇ ਧੰਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ 1699 ਦੀ ਬਸਾਖੀ ਵਾਲੇ ਨੂੰ ਸਾਜੇ ਸੀ ਕਿਉਂਕਿ ਉਹ ਮੰਨੂ ਦੀ ਕੀਤੀ ਹੋਈ ਵਰਣਵੰਡ ਦੇ ਵਖ-ਵਖ ਜਾਤਾਂ ਵਿੱਚੋਂ ਆਏ ਸਨ ਉਹਨਾਂ ਉਹਨਾਂ ਜਾਤਾਂ ਨੇ ਉਹਨਾਂ ਉਹਨਾਂ ਪੰਜਾਂ ਪਿਆਰਿਆਂ ਦੇ ਨਾਂ ਦੇ ਉੱਤੇ ਆਪਣੀਆਂ ਆਪਣੀਆਂ ਜਾਤਗਾਰਾਂ ਬਣਾਉਣੀਆਂ ਸ਼ੁਰੂ ਕੀਤੀਆਂ ਹੋਈਆਂ ਕੀ ਇਹਦਾ ਇਹਦਾ ਜਿਹੜਾ ਝੁਮਾ ਹੈ ਇਹਦਾ ਜਿਹੜਾ ਕਸੂਰ ਹੈ ਇਹਦੀ ਜਿਹੜੀ ਜ਼ਿੰਮੇਵਾਰੀ ਹੈ ਕਿ ਅਸੀਂ ਕਿਸੇ ਦੂਸਰੇ ਦੇ ਉੱਤੇ ਦੇਾਂਗੇ ਅਸੀਂ ਬਾਰ ਬਾਰ ਇਹ ਗੱਲ ਕਰਦੇ ਆਂ ਗੁਰਵਾਣੀ ਨੇ ਧੰਗੁਰੂ ਨਾਨਕਦੇਵ ਸੱਚੇ ਪਾਤਸ਼ਾਹ ਨੇ ਜਿਹੜਾ ਸਾਨੂੰ ਨਿਰਮਲ ਪੰਥ ਦਾ ਮਾਰਗ ਦੱਸਿਆ ਸੀ ਉਹਦੇ ਵਿੱਚ ਹਮ ਨੇ ਚੰਗੇ ਬੁਰਾ ਨਹੀਂ ਕੋਏ ਸਭ ਤੋਂ ਪਹਿਲਾਂ ਪਹਿਲਾ ਮਨ ਪ੍ਰਬੋਧੋ ਆਪਣਾ ਪਾਛੇ ਅਵਰ ਰਜਾਵੇ ਸਭ ਤੋਂ ਪਹਿਲਾਂ ਸਾਨੂੰ ਆਪਣੇ ਮਨ ਦੇ ਵਿੱਚ ਤਲਾਸ਼ ਕਰਨ ਦੀ ਲੋੜ ਹੈ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਸਬੰਧ ਵਿੱਚ ਐਡੇ ਵੱਡਾ ਸਾਕਾ ਐਡੀ ਵੱਡੀ ਇਹ ਅਸਾਮੀ ਲੜਾਈ ਕਾਦੇ ਵਾਸਤੇ ਸੀ ਸਿਰਫ ਇਸ ਕਰਕੇ ਕਿ ਅਸੀਂ ਅੱਜ ਸੰਸਾਰ ਦੇ ਉੱਤੇ ਸਿਰ ਉੱਚਾ ਕਰਕੇ ਜਿਉਂ ਸਕੀਏ ਮੈਨੂੰ ਕਿਵਾਂ ਕਰਿਓ ਜੇ ਮੇਰੀ ਗੱਲ ਪਸੰਦ ਨਾ ਹੋਵੇ ਗੁਲਾਮੀ ਸਰੀਰਾਂ ਦੀ ਗੁਲਾਮੀ ਨਹੀਂ ਹੁੰਦੀ ਗੁਲਾਮੀ ਜ਼ਹਿਨियत ਦੀ ਹੁੰਦੀ ਹੈ ਅੱਜ ਜ਼ਹਿਨੀ ਤੌਰ ਦੇ ਉੱਤੇ ਅਸੀਂ ਵਿਕਾਰਾਂ ਦੇ ਗੁਲਾਮ ਆ ਆਪਣੇ ਆਪਣੇ ਜਥੇਵੰਦਕ ਸੋਚ ਦੇ ਗੁਲਾਮ ਹੈ ਆਪਣੇ ਆਪਣੇ ਬਾਬਿਆਂ ਦੀਆਂ ਚਲਾਈਆਂ ਹੋਈਆਂ ਮਰਿਆਦਾਵਾਂ ਦੇ ਗੁਲਾਮ ਹੈ ਆਪਣੇ ਆਪਣੇ ਡੇਰੇਦਾਰਾਂ ਦੀਆਂ ਚਲਾਈਆਂ ਹੋਈਆਂ ਰੀਤਾਂ ਰਿਵਾਜ ਸੰਸਕਾਰ ਉਹਦੇ ਗੁਲਾਮ ਹੈ ਅਸੀਂ ਤੇ ਗੁਲਾਮੀ ਆਪਣੇ ਗਲ ਦੇ ਵਿੱਚ ਆਪ ਪਾਈ ਹੋਈ ਹੈ ਸਹਬਜ਼ਾਦਿਆਂ ਨੇ ਆਪਣੀ ਸ਼ਹਾਦਤ ਦੇ ਕੇ ਧੰਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਸਾਨੂੰ ਅੱਜ ਦੇ ਸੰਸਾਰ ਦੇ ਵਿੱਚ ਸਿਰ ਉੱਚਾ ਜੀਉਣ ਦਾ ਹੱਕ ਦਵਾਇਆ ਸੀ ਜਦੋਂ ਅਸੀਂ ਕਹਿੰਦੇ ਹਾਂ ਕਿ ਸਿਧਾਂਤਕ ਤੌਰ ਤੇ ਕਦੇ ਕੋਈ ਬੰਡ ਨਹੀਂ ਹੁੰਦੀ ਅਸੀਂ ਕਹਿੰਦੇ ਹਾਂ ਅੱਜ ਸਿੱਖ ਧਰਮ ਦਾ ਪ੍ਰਚਾਰ ਨਹੀਂ ਹੋ ਰਿਹਾ ਮੈਂ ਕਹਿੰਦਾ ਜਿੰਨਾ ਪ੍ਰਚਾਰ ਅੱਜ ਹੋ ਰਿਹਾ ਹੈ ਸੰਸਾਰ ਦੇ ਵਿੱਚ ਕਦੇ ਵੀ ਨਹੀਂ ਇੰਨਾ ਹੋਇਆ ਸੀ ਸ਼ਾਇਦ ਮੈਂ ਇਸ ਦੇ ਵਿੱਚ ਇਹ ਗੱਲ ਜੋੜਨੀ ਜ਼ਰੂਰੀ ਸਮਝਾਂ ਕਿ ਸ਼ਾਇਦ ਅੱਜ ਤਤ ਗੁਰਮਤ ਦਾ ਪ੍ਰਚਾਰ ਘੱਟ ਹੋ ਰਿਹਾ ਹੈ ਕਥਾ ਕਹਾਣੀਆਂ ਜ਼ਿਆਦਾ ਸੁਣਾਈਆਂ ਜਾਂਦੀਆਂ ਗੁਰਵਾਣੀ ਸਿਧਾਂਤ ਦੀ ਗੱਲ ਘੱਟ ਕੀਤੀ ਜਾਂਦੀ ਹੈ ਉਹ ਚਮਟੇ ਖੜਕਾ ਖੜਕਾ ਕੇ ਗੁਰਵਾਣੀ ਦੇ ਨਾਂ ਦੇ ਉੱਤੇ ਕੱਚੀਆਂ ਧਾਰਨਾਵਾਂ ਗਾ ਗਾ ਕੇ ਪਰਵਾਰਾਂ ਦੇ ਪਰਿਵਾਰਾਂ ਦਾ ਜਿਹੜਾ ਸੁੱਖ ਚੈਨ ਆ ਉਹ ਨਸ਼ਟ ਕੀਤਾ ਜਾਂਦਾ ਹੈ ਕੀ ਲੜਾਈ ਸਿਰ ਮੈਦਾਨੇ ਜੰਗ ਦੇ ਵਿੱਚ ਹੀ ਹੁੰਦੀ ਹੈ ਪ੍ਰਾਤਨ ਰਹਿਤ ਨਾਮਿਆਂ ਦੇ ਸ਼ਬਦ ਆ ਖਾਲਸਾ ਸੋ ਜੋ ਚੜੇ ਤਰੰਗ ਖਾਲਸਾ ਸੋ ਜੋ ਲੜੇ ਨਿਤ ਜੰਗ ਖਾਲਸਾ ਸੋ ਜੋ ਦੁਸ਼ਟ ਕੋ ਮਾਰੇ ਕਿੰਨੀਆਂ ਉਦਾਹਰਨਾਂ ਦਿਆਂ ਮੈਂ ਖਾਲਸਾ ਸੋ ਜੋ ਚੜੇ ਤਰੰਗ ਉਹ ਖਾਲਸਾ ਜਿਹੜਾ ਘੋੜੇ ਤੇ ਚੜਿਆ ਰਹੇ ਉਹ ਖਾਲਸਾ ਜਿਹੜਾ ਰੋਜ਼ ਲੜਾਈ ਲੜਦਾ ਰਹੇ ਅੱਜ ਇੰਗਲੈਂਡ ਦੇ ਵਿੱਚ ਅਸੀਂ ਕਿਹੜੇ ਘੋੜੇ ਤੇ ਚੜ ਕੇ ਕਿਹੜੀਆਂ ਅਸੀਂ ਲੜਾਈਆਂ ਲੜਾਂਗੇ ਤਾਂ ਕਿ ਇਹ ਕਿਸੇ ਅਸੀਂ ਖਾਲਸੇ ਨਹੀਂ ਇਸ ਦਾ ਮਤਲਬ ਇਹ ਹੈ ਉਹਨਾਂ ਪ੍ਰਾਤਨ ਬਜ਼ੁਰਗਾਂ ਨੇ ਬਹੁਤ ਰਹੱਸਮਈ ਗੱਲਾਂ ਕੀਤੀਆਂ ਹੋਈਆਂ ਆਪਣੇ ਬਚਨਾਂ ਰਾਹੀਂ ਉਹ ਖਾਲਸਾ ਹੈ ਜਿਹੜਾ ਆਪਣੇ ਵਹਿਕਾਰਾਂ ਦੇ ਨਾਲ ਲੜਾਈ ਲੜਨ ਦੇ ਲਈ ਹਮੇਸ਼ਾ ਤਿਆਰ-ਵਾਰ ਤਿਆਰ ਰਵੇ ਜਿਹੜਾ ਆਪਣੇ ਆਲੇ-ਦੁਆਲੇ ਆ ਚੁੱਕੀਆਂ ਮਾੜੀਆਂ ਬਿਰਤੀਆਂ ਦੇ ਨਾਲ ਜੰਗ ਕਰਨ ਵਾਸਤੇ ਹਮੇਸ਼ਾ ਤਿਆਰ ਰਵੇ ਤੇ ਲੜਾਈ ਲੜੇ ਸਭ ਤੋਂ ਪਹਿਲਾਂ ਅਸੀਂ ਆਪਣੇ ਅੰਦਰ ਦੇ ਚੋਰ ਨੂੰ ਮਾਰਨਾ ਹੈ ਅਸੀਂ ਗੁਲਾਮੀ ਦੀ ਗੱਲ ਕਰਦੇ ਹਾਂ ਠੀਕ ਆ ਰਾਜਨੀਤਿਕ ਤੌਰ ਤੇ ਹੋ ਸਕਦਾ ਹੈ ਕਿ ਜੇ ਕਿਤੇ ਸਾਡਾ ਆਪਣਾ ਸੱਚਮੁੱਚੀ ਤਤ ਗੁਰਮਤ ਅਨੁਸਾਰ ਖਾਲਸੇ ਦਾ ਰਾਜ ਭਾਗ ਹੋਵੇ ਤੇ ਸ਼ਾਇਦ ਕੁਝ ਹਾਲਤ ਸਿਆਸੀ ਤੌਰ ਤੇ ਬਖਰੀ ਹੋਵੇ ਪਰ ਮੈਂ ਇੱਕ ਸਵਾਲ ਅਕਸਰ ਕਰਦਾ ਅੱਜ ਫਿਰ ਮੈਂ ਤੁਹਾਨੂੰ ਕਰ ਦਿੰਨਾ ਕਦੇ ਕਿਸੇ ਸਰਕਾਰ ਨੇ ਕਦੇ ਕਿਸੇ ਦੇਸ਼ ਦੀ ਹਕੂਮਤ ਨੇ ਕਦੇ ਕਿਸੇ ਰਾਜਨੀਤਿਕ ਨੇ ਕਦੇ ਕਿਸੇ ਗੁਰੂ ਕੇ ਲਾਲ ਨੂੰ ਗੁਰਬਾਣੀ ਪੜਨ ਤੋਂ ਰੋਕਿਆ ਕਦੇ ਕਿਸੇ ਰਾਜਨੀਤਿਕ ਸ਼ਕਤੀ ਨੇ ਚਾਹੇ ਉਹ ਆਰਐਸਐਸ ਦੀ ਤਾਕਤ ਹੋਵੇ ਕੋਈ ਰਾਜਨੀਤਿਕ ਤਾਕਤ ਕਿੰਨੀ ਵੀ ਸਾਡੇ ਵਿਰੋਧ ਦੀ ਕਿਉਂ ਨਾ ਹੋਵੇ ਕਿਸੇ ਨੇ ਸਾਨੂੰ ਰੋਕਿਆ ਕਿ ਅਸੀਂ ਗੁਰੂ ਨਾਲ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੀ ਵਿਚਾਰ ਕਰੀਏ ਕਿਸੇ ਨੇ ਸਾਨੂੰ ਰੋਕਿਆ ਕਿ ਅਸੀਂ ਅੰਮ੍ਰਿਤ ਵੇਲੇ ਦੀ ਸੰਭਾਲ ਕਰੀਏ ਕਿਸੇ ਨੇ ਕਦੇ ਸਾਨੂੰ ਰੋਕਿਆ ਕਿ ਅਸੀਂ ਨਿਤਨੇਮ ਨਾ ਕਰੀਏ ਕਿਸੇ ਨੇ ਕਦੇ ਰੋਕਿਆ ਕਿ ਅਸੀਂ ਪਰਿਵਾਰਾਂ ਦੇ ਵਿੱਚ ਬੈਠ ਕੇ ਆਪਣੇ ਬੱਚਿਆਂ ਨੂੰ ਆਪਣੇ ਇਸ ਅਮੀਰ ਵਿਰਸੇ ਤੋਂ ਜਾਣੂ ਨਾ ਕਰਵਾਈਏ ਕੌਣ ਰੋਕਦਾ ਹੈ ਪੰਜਾਬੀ ਦੀ ਕਹਾਵਤ ਹੈ ਮਨ ਹਰਾਮੀ ਹੋਜੇ ਤਾਂ ਢੇਰ ਮੈਨੂੰ ਕਿਵੇਂ ਕਰਿਓ ਮੇਰਾ ਮਨ ਦੁਖੀ ਹੋਇਆ ਹੈ ਜਦੋਂ ਇਹ ਗੱਲਾਂ ਅਸੀਂ ਕਰਦੇ ਆਂ ਸਾਬਜਾਦਿਆਂ ਦੀ ਸ਼ਹਾਦਤ ਹੋਵੇ 40 ਸਿੰਘ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਕਮਾਨ ਹੇਠ 10 ਲੱਖ ਫੌਜ ਦਾ ਮੁਕਾਬਲਾ ਕਰਕੇ ਸ਼ਹੀਦ ਹੋ ਗਏ ਹੋਣ 37 ਸਿੰਘ ਦੋ ਸਾਬਜਾਦੇ ਸ਼ਹੀਦ ਹੋ ਗਏ ਹੋਣ ਇਸ ਲੜਾਈ ਦੇ ਵਿੱਚ ਸਿਰਫ ਇੱਕ ਇਨਸਾਫ਼ ਦੀ ਗੱਲ ਕਾਇਮ ਰੱਖਣ ਦੇ ਲਈ ਇੱਕ ਉਸ ਗੁਰਮਤ ਦਾ ਸਿਧਾਂਤ ਜਿਹੜਾ ਗੁਰੂ ਨਾਨਕ ਨੇ ਸਾਨੂੰ ਦਿੱਤਾ ਸੀ ਉਹਨੂੰ ਕਾਇਮ ਰੱਖਣ ਦੇ ਲਈ ਹੋਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਕਿਸੇ ਦਾ ਰਾਜ ਪਰਖੋਣਾ ਸੀ ਉਹ ਕਿਸੇ ਪਹਾੜੀ ਰਾਜੇ ਦਾ ਰਾਜ ਖੋਣ ਵਾਸਤੇ ਉੱਤੇ ਹਮਲਾ ਕਰਨ ਵਾਸਤੇ ਗਿਆ ਸੀ ਕਿ ਉਹਨਾਂ ਨੇ ਔਰੰਗਜ਼ੇਬ ਦਾ ਰਾਜ ਖੋਣ ਵਾਸਤੇ ਹਮਲਾ ਕੀਤਾ ਸੀ ਕਿ ਉਹਨਾਂ ਨੇ ਕੋਈ ਐਸਾ ਅੰਦੋਲਨ ਕੀਤਾ ਸੀ ਕਿ ਮੈਨੂੰ ਪੰਜਾਬ ਦੇ ਵਿੱਚ ਆਪਣਾ ਰਾਜ ਚਾਹੀਦਾ ਉਹ ਤਾਂ ਪੂਰੇ ਸੰਸਾਰ ਨੂੰ ਮਨੁੱਖਤਾ ਦਾ ਰਾਜ ਮਨੁੱਖਤਾ ਦੀ ਆਜ਼ਾਦੀ ਮਨੁੱਖਤਾ ਨੂੰ ਸਿਰ ਉੱਚਾ ਕਰਕੇ ਜਿਉਣ ਦਾ ਅਧਿਕਾਰ ਲੈ ਕੇ ਦੇਣ ਦੀ ਗੱਲ ਸੀ ਜਦੋਂ ਅਸੀਂ ਆਪਣੇ ਜੀਵਨ ਨੂੰ ਆਨੰਦਮਈ ਕਰਨ ਦੀਆਂ ਗੱਲਾਂ ਕਰਦੇ ਹਾਂ ਤੇ ਲਾਜ਼ਮੀ ਗੱਲ ਹੈ ਉਹ ਗੱਲ ਕਰਨੀ ਪਵੇਗੀ ਗੁਰ ਕਹੇ ਸੋ ਕਾਰ ਕਮਾਈ ਜਿਉ ਜੋ ਗੁਰੂ ਨੇ ਸਾਨੂੰ ਬਚਨ ਕੀਤਾ ਉਹ ਕਰਨਾ ਪਵੇਗਾ ਜਦੋਂ ਤੱਕ ਗੁਰੂ ਦੇ ਬਚਨ ਨੂੰ ਨਹੀਂ ਸਮਝਾਂਗੇ ਗੁਰੂ ਦੇ ਬਚਨ ਨੂੰ ਨਹੀਂ ਜਾਣਾਂਗੇ ਗੁਰੂ ਦੇ ਬਚਨ ਦੀ ਵਿਚਾਰ ਨਹੀਂ ਕਰਾਂਗੇ ਗੁਰੂ ਦੇ ਬਚਨ ਨੂੰ ਆਪਣੇ ਅੰਮਲੀ ਜੀਵਨ ਦੇ ਵਿੱਚ ਨਹੀਂ ਬਸਾਵਾਂਗੇ ਤੇ ਨਾ ਤੇ ਅਸੀਂ ਭਾਈ ਸੰਗਤ ਸਿੰਘ ਬਣ ਸਕਣਾ ਨਾ ਹੀ ਅਸੀਂ ਭਾਈ ਅਜੀਤ ਬਾਬਾ ਅਜੀਤ ਸਿੰਘ ਤੇ ਬਾਬਾ ਜੋਰਾਵਰ ਸਿੰਘ ਸਾਹਿਬ ਜੀ ਦੇ ਵਾਰਿਸ ਬਣ ਸਕਣਾ ਕੁਝ ਵੀ ਨਹੀਂ ਅਸੀਂ ਕਰ ਸਕਣਾ ਅਸੀਂ ਸਿਰਫ ਦੂਸਰਿਆਂ ਦੇ ਵਿੱਚ ਨੁਕਸੀ ਕੱਢੇ ਚਲੇ ਜਾਣੇ ਆ ਇਹ ਠੀਕ ਹੈ ਗੱਲ ਸਿੱਖ ਹਮੇਸ਼ਾ ਚੜ੍ਹਦੀ ਕਲਾ ਵਿੱਚ ਵਿਚਰਦਾ ਹੈ ਉਹਦੇ ਆਸ-ਪਾਸ ਹਾਲਤ ਕਿੰਨੀ ਵੀ ਨਿਰਾਸ਼ਾਵਾਦੀ ਕਿਉਂ ਨਾ ਹੋਵੇ ਕਿੰਨੀ ਵੀ ਹਾਲਤ ਮਾੜੀ ਕਿਉਂ ਨਾ ਹੋਵੇ ਫਿਰ ਵੀ ਉਹ ਚੜ੍ਹਦੀ ਕਲਾ ਵਿੱਚ ਰਹਿੰਦਾ ਹੈ ਤੇ ਉਹਦੀ ਚੜ੍ਹਦੀ ਕਲਾ ਵਿੱਚ ਰਹਿਣ ਦਾ ਜਿਹੜਾ ਆਧਾਰ ਹੈ ਉਹ ਆਪਣੇ ਗੁਰੂ ਦੇ ਉੱਤੇ ਵਿਸ਼ਵਾਸ ਹੈ ਸਿੱਖ ਨੂੰ ਆਪਣੇ ਗੁਰੂ ਦੇ ਉੱਤੇ ਵਿਸ਼ਵਾਸ ਹੈ ਮੈਂ ਗੁਰੂ ਦਾ ਬਣ ਕੇ ਰਹਾਗਾ ਗੁਰੂ ਮੇਰਾ ਪੱਲਾ ਪਕੜੇਗਾ ਗੁਰੂ ਮੇਰਾ ਹੱਥ ਪਕੜੇਗਾ ਗੁਰੂ ਮੈਨੂੰ ਰਸਤਾ ਦਿਖਾਏਗਾ ਜਦੋਂ ਤੱਕ ਸਾਨੂੰ ਗੁਰੂ ਦੇ ਉੱਤੇ ਵਿਸ਼ਵਾਸ ਹੈ ਉਦੋਂ ਤੱਕ ਗੁਰੂ ਸਾਨੂੰ ਸੇਧ ਵੀ ਦੇਵੇਗਾ ਸਾਨੂੰ ਸਿੱਖਿਆ ਵੀ ਦੇਵੇਗਾ ਸਾਨੂੰ ਸੰਸਾਰ ਦੇ ਸਾਰੇ ਸੁੱਖ ਆਰਾਮ ਵੀ ਦੇਵੇਗਾ ਸਾਡੇ ਜੀਵਨ ਦੇ ਵਿੱਚ ਵੀ ਆਨੰਦ ਪੈਦਾ ਕਰ ਦੇਵੇਗਾ ਪਰ ਅਸੀਂ ਧੁਬਦਾ ਦੇ ਵਿੱਚ ਪਏ ਹੋਇਆ ਅਸੀਂ ਦਾਅਵੇ ਕਰਦੇ ਹਾਂ ਕਿ ਗੁਰੂ ਦੇ ਉੱਤੇ ਸਾਨੂੰ ਪੂਰਨ ਵਿਸ਼ਵਾਸ ਹੈ ਦਰਸਲ ਅਸੀਂ ਗੁਰੂ ਤੇ ਵਿਸ਼ਵਾਸ ਕਰਦੇ ਨਹੀਂ ਜੇ ਸੱਚਮੁੱਚੀ ਗੁਰੂ ਦੇ ਉੱਤੇ ਵਿਸ਼ਵਾਸ ਕਰਦੇ ਹੁੰਦੇ ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਮੱਥਾ ਟੇਕਣ ਵਾਲੇ ਲੋਕ ਪੌਂਡਾਂ ਦੀਆਂ ਗੁਸ਼ੀਆਂ ਬਣਾ ਬਣਾ ਕੇ ਸਾਦੇ ਡੇਰਿਆਂ ਸਵਾਦ ਦੀ ਚੁਟਕੀ ਨਾ ਖਰੀਦ ਕੇ ਲੈ ਕੇ ਆਉਂਦੇ ਸਾਧਾਂ ਦੇ ਪੈਰ ਧੋਤੋ ਕੇ ਅੰਮ੍ਰਿਤ ਬਣਾ ਬਣਾ ਕੇ ਉਹਨੂੰ ਬੁੱਕਾਂ ਭਰ ਭਰ ਕੇ ਪੀ ਕੇ ਆਪਣੇ ਸਿਰ ਦੇ ਵਿੱਚ ਪਾਉਣ ਵਾਲਾ ਕੁਕਰਮ ਨਾ ਕਰਦੇ ਇਹ ਤਾਦੀ ਹੋ ਸਕਿਆ ਹੈ ਕਿਉਂਕਿ ਅਸੀਂ ਲੋਕ ਜਿਹੜੇ ਟਾਰਾਂ ਤੇ ਬਹੁਤ ਮਾਰਦੇ ਆ ਜਿਹੜੇ ਦਾਅਵੇ ਤਾਂ ਬਹੁਤ ਕਰਦੇ ਆ ਆਪਣੇ ਆਪ ਨੂੰ ਵਾਰਿਸ ਵੀ ਦੱਸਦੇ ਆ ਹੋਰ ਵੀ ਬੜਾ ਕੁਝ ਕਰਦੇ ਆ ਪਰ ਆਪਣੇ ਨਿੱਜੀ ਜੀਵਨ ਨੂੰ ਉੱਚਾ ਚੱਕਣ ਵਾਸਤੇ ਬਹੁਤਾ ਯਤਨ ਨਹੀਂ ਕਰਦੇ ਬਹੁਤ ਸਾਰੇ ਸਵਾਲ ਆਏ ਆਗੂਆਂ ਦੀਆਂ ਗੱਲਾਂ ਕੀਤੀਆਂ ਆਗੂ ਕਿੱਥੋਂ ਆਉਣੇ ਆ ਆਗੂਆਂ ਨੂੰ ਕੌਣ ਪੈਦਾ ਕਰਦਾ ਹੈ ਆਗੂ ਨੂੰ ਕੌਣ ਵੋਟਾਂ ਦੇ ਕੇ ਲੀਡਰ ਬਣਾ ਕੇ ਰਾਜ ਸ਼ਕਤੀ ਦਿੰਦਾ ਹੈ ਕੌਣ ਦਿੰਦਾ ਹੈ ਅਸੀਂ ਦਿੰਦੇ ਆ ਨਾ ਜਾਂ ਸਾਡੇ ਵਰਗੇ ਲੋਕ ਦਿੰਦੇ ਆ ਨਾ ਬਾਹਰੋਂ ਕਦੋਂ ਬਾਹਰੋਂ ਕੌਣ ਆਏਗਾ ਸਾਡਾ ਸੁਧਾਰ ਕਰਨ ਵਾਸਤੇ ਬਾਹਰੋਂ ਕੌਣ ਆਏਗਾ ਸਾਨੂੰ ਇਹ ਦੱਸਣ ਵਾਸਤੇ ਕਿ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਦੇ ਹੋ ਤੁਸੀਂ ਇਹ ਗੁਰੂ ਗ੍ਰੰਥ ਸਾਹਿਬ ਦੀ ਵਿਚਾਰ ਦੇ ਉੱਤੇ ਆਪਣਾ ਜੀਵਨ ਆਧਾਰਿਤ ਕਰੋ ਕਿ ਸਾਨੂੰ ਨਹੀਂ ਪਤਾ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਸਾਡੇ ਵਾਸਤੇ ਹੁਕਮ ਕੀਤਾ ਸੀ ਪੂਜਾ ਅਕਾਲ ਕੀ ਪਰਚਾ ਸ਼ਬਦ ਦਾ ਦੀਦਾਰ ਖਾਲਸੇ ਦਾ ਗੁਰੂ ਗੋਬਿੰਦ ਸਿੰਘ ਨੇ ਕਿਹਾ ਸੀ ਮੇਰੇ ਦਰਸ਼ਨ ਕਰਨੇ ਤੇ ਖਾਲਸੇ ਦੇ ਦਰਸ਼ਨ ਕਰਿਓ ਕਿ ਸਚਮੋਚੀ ਦੂਸਰੇ ਖਾਲਸੇ ਦੇ ਚਿਹਰੇ ਤੋਂ ਸਾਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਨੂਰ ਦਿਸਦਾ ਜੇ ਦਿਸਦਾ ਹੋਵੇ ਤੇ ਇਸ ਦੇਸ਼ ਦੇ ਵਿੱਚ ਗੁਰਦੁਆਰਿਆਂ ਦੇ ਪ੍ਰਬੰਧ ਦੇ ਉੱਤੇ ਕਬਜ਼ਾ ਕਰਨ ਵਾਸਤੇ ਅਸੀਂ ਇੱਕ ਦੂਸਰੇ ਦੀਆਂ ਦਸਤਾਰਾਂ ਨਾ ਉਤਾਰੀਏ ਅਸੀਂ ਇੱਕ ਦੂਸਰੇ ਉੱਤੇ ਕਿਰਪਾਨਾਂ ਨਾ ਚਲਾਈਏ ਅਸੀਂ ਇੱਕ ਦੂਸਰੇ ਨੂੰ ਚੰਗਾ ਮੰਦਾ ਨਾ ਆਖੀਏ ਜੇ ਸਚਮੋਚੀ ਦੀਦਾਰ ਖਾਲਸੇ ਦਾ ਜਿਹੜਾ ਸਿਧਾਂਤ ਹੈ ਸਾਡੇ ਜੀਵਨ ਦੇ ਵਿੱਚ ਬਸ ਗਿਆ ਹੋਵੇ ਤਾਂ ਮੇਰਾ ਅੱਜ ਦਾ ਸਮਾਂ ਖਤਮ ਹੋਣ ਜਾ ਰਿਹਾ ਹੈ ਮੈਂ ਆਪ ਜੀ ਨੂੰ ਬਹੁਤ ਬਹੁਤ ਨਿਮਰਤਾ ਸਹਿਤ ਹੱਥ ਜੋੜ ਕੇ ਇਹ ਬੇਨਤੀ ਕਰਨਾ ਚਾਹੁੰਦਾ ਦੂਜਿਆਂ 'ਚ ਨੁਕਸ ਕੱਢਣ ਦੀ ਬਜਾਏ ਆਪਣੇ ਅੰਦਰ ਨੁਕਸ ਕੱਢਣ ਦੀ ਕੋਸ਼ਿਸ਼ ਕਰੀਏ ਆਪਣੇ ਅੰਦਰ ਛਾਤੀ ਮਾਰਨ ਦੀ ਕੋਸ਼ਿਸ਼ ਕਰੀਏ ਕਿ ਪ੍ਰਕਾਸ਼ ਸਿੰਘ ਬਾਦਲੀ ਸਾਹਿਬ ਜਿਆਦਾ ਅਜੀਤ ਸਿੰਘ ਦੇ ਜੁਝਾਰ ਸਿੰਘ ਦਾ ਵਾਰਿਸ ਹੈ ਅਸੀਂ ਤੁਸੀਂ ਨਹੀਂ ਜੇ ਅਸੀਂ ਤੁਸੀਂ ਵੀ ਸਾਬਜਾਦਾ ਜੁਝਾਰ ਸਿੰਘ ਤੇ ਸਾਬਜਾਦਾ ਅਜੀਤ ਸਿੰਘ ਦੀ ਸ਼ਹਾਦਤ ਦੇ ਵਾਰਿਸ ਹੈ ਅਸੀਂ ਆਖਦੇ ਹਾਂ ਕਿ ਅਸੀਂ ਉਹਨਾਂ ਨੂੰ ਬਾਬਾ ਜੀ ਕਹਿ ਕੇ ਸਤਕਾਰ ਦਿੰਨੇ ਆ ਕਿ ਸਾਡਾ ਫਰਜ਼ ਨਹੀਂ ਬਣਦਾ ਜੇ ਸਿਧਾਂਤ ਨੂੰ ਕਾਇਮ ਰੱਖਣ ਦੇ ਲਈ ਜੇ ਸਿਧਾਂਤ ਰੂਪੀ ਜਿਹੜਾ ਉਹਨਾਂ ਨੇ ਸਾਨੂੰ ਗਿਆਨ ਦਾ ਚਾਨਣ ਦਿੱਤਾ ਸੀ ਉਸ ਨੂੰ ਕਾਇਮ ਰੱਖਣ ਦੇ ਲਈ ਉਹਨਾਂ ਨੇ ਸ਼ਹਾਦਤਾਂ ਦਿੱਤੀਆਂ ਸੀ ਉਹਦੇ ਪ੍ਰਤੀ ਅਸੀਂ ਆਪਣੇ ਫਰਜ਼ ਨੂੰ ਵੀ ਪਛਾਣ ਲਈਏ ਕਾਰਨ ਇੱਕੋ ਹੀ ਹੈ ਅਸੀਂ ਅਵੇਸਲੇ ਹੋ ਗਏ ਆ ਅਸੀਂ ਦੂਜੇ ਤੋਂ ਆਸ ਰੱਖਦੇ ਹਾਂ ਉਹ ਕਰੇਗਾ ਇੱਕ ਸੱਜਣ ਜੀ ਨੇ ਆਖਿਆ ਸੀ ਕੋਈ ਮਹਾਪੁਰਸ਼ ਕੋਈ ਆਗੂ ਪ੍ਰਗਟ ਹੋਏ ਆਗੂ ਕਿਉਂ ਪ੍ਰਗਟ ਹੋਏ ਤੁਸੀਂ ਕਿਉਂ ਨਹੀਂ ਆਗੂ ਹੋ ਸਕਦੇ ਤੁਹਾਡੇ ਵਿੱਚੋਂ ਹੀ ਕੋਈ ਆਗੂ ਕਿਉਂ ਨਹੀਂ ਹੋ ਸਕਦਾ ਕੀ ਤੁਹਾਡੇ ਕੋਲ ਉਹ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਨਹੀਂ ਇੱਕ ਗੱਲ ਲਾਜ਼ਮੀ ਹੈ ਕੋਈ ਵੀ ਸੱਜਣ ਅਗਰ ਇਹ ਆਖੇ ਕਿ ਮੈਂ ਆਪਣੀ ਮਤ ਦੇ ਨਾਲ ਆਪਣੀ ਅਕਲ ਦੇ ਨਾਲ ਆਪਣੀ ਸਮਝ ਦੇ ਨਾਲ ਕੌਮ ਦੀ ਅਗਵਾਈ ਕਰ ਲੈਣੀ ਹੈ ਤੇ ਉਹ ਉਹਦੀ ਬੇਸਮਝੀ ਹੈ ਸ਼ਾਇਦ ਕਿਸੇ ਰਾਜਨੀਤਿਕ ਪਾਰਟੀ ਦੀ ਅਗਵਾਈ ਤੇ ਕਰ ਸਕਦਾ ਹੋਵੇ ਗੁਰੂ ਖਾਲਸਾ ਪੰਥ ਦੀ ਅਗਵਾਈ ਕਰਨ ਵਾਸਤੇ ਲਾਜ਼ਮੀ ਗੱਲ ਹੈ ਉਸ ਨੂੰ ਸਭ ਤੋਂ ਪਹਿਲਾਂ ਆਪਣੀ ਮਤ ਦੀ ਮਨ ਦੀ ਮਤ ਦਾ ਤਿਆਗ ਕਰਕੇ ਸਚਾਰ ਵਾਲਾਂ ਦਾ ਉਪਰਾਲਾ ਕਰਨਾ ਪਏਗਾ ਜਦੋਂ ਤੱਕ ਉਹ ਸਚਾਰ ਹੋਏਗਾ ਫਿਰ ਉਸ ਦੇ ਜੀਵਨ ਚੋਂ ਬੇਕਾਰ ਖਤਮ ਹੋ ਜਾਣਗੇ ਉਹਦੀ ਹਉਮੈ ਹੰਕਾਰ ਖਤਮ ਹੋ ਜਾਏਗੀ ਉਹ ਦੂਸਰੇ ਦੇ ਵਿੱਚੋਂ ਵਾਹਿਗੁਰੂ ਪਰਮਾਤਮਾ ਦਾ ਨੂਰ ਹੀ ਦਿਖਾਈ ਦੇਵੇਗਾ ਤੇ ਸਚਾਰ ਬਣਨ ਵਾਸਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਜਿਹੜੀ ਸ਼ਬਦ ਹੈ ਉਸ ਈ ਵਿਚਾਰ ਨੂੰ ਆਪਣੇ ਜੀਵਨ ਦੇ ਵਿੱਚ ਬਸਾਉਣਾ ਪਏਗਾ ਮੈਂ ਆਪ ਜੀ ਦੇ ਨਾਲ ਇਹ ਵਿਚਾਰਾਂ ਦੁਖੀ ਹਿਰਦੇ ਨਾਲ ਕਰਦਿਆਂ ਸ਼ਾਇਦ ਕੋ ਸਖਤ ਸ਼ਬਦ ਕਹਿ ਗਿਆ ਹੋਵਾਂ ਮੈਨੂੰ ਖਿਮਾ ਕਰ ਦਿਓ ਮੇਰੀ ਭਾਵਨਾ ਨਹੀਂ ਸੀ ਮੈਂ ਸੱਚਮੁੱਚੀ ਅੱਜ ਇਸ ਦਿਨ ਦੇ ਉੱਤੇ ਜਦੋਂ ਸੰਸਾਰ ਦੇ ਧਾਰਮਿਕ ਇਤਿਹਾਸ ਦੇ ਵਿੱਚ ਕਟਾਏ ਬਾਪ ਨੇ ਜਹਾਂ ਬੱਚੇ ਖੁਦਾ ਕੇ ਲਈ ਵਾਲੀ ਦੀ ਗੱਲ ਹੁੰਦੀ ਹੈ ਜਿੱਥੇ ਇੱਕ ਪਿਤਾ ਨੇ ਆਪਣੇ ਪੁੱਤਰਾਂ ਨੂੰ ਖੁਦਾ ਦੇ ਲਈ ਕੁਰਬਾਨ ਕਰ ਦਿੱਤਾ ਮਨੁੱਖਤਾ ਦੇ ਲਈ ਕੁਰਬਾਨ ਕਰ ਦਿੱਤਾ ਮਨੁੱਖਤਾ ਨੂੰ ਆਰਾਮ ਦੀ ਨੀਂਦ ਦੇਣ ਵਾਸਤੇ ਸਹਜ ਦਾ ਜੀਵਨ ਦੇਣ ਵਾਸਤੇ ਆਨੰਦ ਦੇਣ ਵਾਸਤੇ ਕੁਰਬਾਨ ਕਰ ਦਿੱਤਾ ਮੈਂ ਉਹਨਾਂ ਮਹਾਨ ਸਹਿਬਜ਼ਾਦਿਆਂ ਨੂੰ ਉਹਨਾਂ ਦੇ ਨਾਲ ਅੱਜ ਦੇ ਦਿਨ 37 ਚਮਕੌਰ ਦੀ ਗੜੀ ਵਿੱਚ ਹੋਏ ਸ਼ਹੀਦਾਂ ਨੂੰ ਤੇ ਆਨੰਦਪੁਰ ਸਾਹਿਬ ਛੱਡ ਕੇ ਚਮਕੌਰ ਦੀ ਗੜੀ ਤੱਕ ਪਹੁੰਚਣ ਦੇ ਰਸਤੇ 'ਚ ਅਨੇਕਾਂ ਹੀ ਸ਼ਹੀਦਾਂ ਸ਼ਹੀਦਾਂ ਨੂੰ ਉਹਨਾਂ ਮਹਾਨ ਆਤਮਾਵਾਂ ਨੂੰ ਪ੍ਰਣਾਮ ਕਰਦਾ ਹਾਂ ਆਪਟੀ ਨੂੰ ਬੇਨਤੀ ਰੂਪ ਦੇ ਵਿੱਚ ਨਿਮਰਤਾ ਸਹਿਤ ਮੈਂ ਇਹ ਬੇਨਤੀ ਕਰਦਾ ਕਿ ਇਹ ਸਾਡਾ ਵਿਰਸਾ ਹੈ ਅਸੀਂ ਇਸ ਤੇ ਮਾਣਤਾ ਕਰਦੇ ਹਾਂ ਪਰ ਇਸ ਮਾਣ ਭਰਪੂਰ ਵਿਰਸੇ ਤੋਂ ਆਪਣੇ ਆਪ ਨੂੰ ਜਾਣੂ ਨਹੀਂ ਕਰਵਾਉਂਦੇ ਆਪਣੇ ਬੱਚਿਆਂ ਨੂੰ ਜਾਣੂ ਨਹੀਂ ਕਰਵਾਉਂਦੇ ਉਹਨਾਂ ਨੂੰ ਨਹੀਂ ਦੱਸਦੇ ਕਿ ਸਾਡਾ ਜਿਹੜਾ ਵਿਰਸਾ ਹੈ ਉਹ ਐਡਾ ਮਾਣ ਤੇ ਸਤਿਕਾਰ ਭਰਪੂਰ ਹੈ ਤੇ ਇਹਦੇ ਪਿੱਛੇ ਜਿਹੜਾ ਕਾਰਨ ਹੈ ਉਹਨਾਂ ਤੋਂ ਅਸੀਂ ਉਸ ਨੂੰ ਜਾਣੂ ਨਹੀਂ ਕਰਵਾਉਂਦੇ ਆਪ ਗੁਰੂ ਦੇ ਸ਼ਬਦ ਤੋਂ ਸੇਧ ਲੈ ਕੇ ਆਪਣਾ ਜੀਵਨ ਆਪਣੇ ਪਰਿਵਾਰਾਂ ਦੇ ਵਿੱਚ ਬੈਠ ਕੇ ਆਨੰਦਮਈ ਨਹੀਂ ਕਰਦੇ ਤਦ ਤੱਕ ਉਹਨਾਂ ਮਹਾਨ ਯੋਧਿਆਂ ਦੀਆਂ ਜਿਹੜੀਆਂ ਸ਼ਹਾਦਤਾਂ ਉਹਨਾਂ ਨੂੰ ਜਿਹੜੀ ਸ਼ਰਧਾਂਜਲੀ ਹੈ ਉਹ ਸੰਪੂਰਨ ਨਹੀਂ ਹੁੰਦੀ ਮੈਂ ਬੇਨਤੀ ਕਰਾਂ ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ ਸਾਨੂੰ ਸੋਝੀ ਦੇਣ ਸਾਡੇ ਸਿਰ ਦੇ ਉੱਤੇ ਮਿਹਰ ਦਾ ਹੱਥ ਰੱਖਣ ਸਾਡਾ ਹੱਥ ਫੜਨ ਸਾਨੂੰ ਠੀਕ ਰਸਤੇ ਤੇ ਚਲਾਉਣ ਸਾਨੂੰ ਆਪਣੇ ਲੜ ਲਾ ਕੇ ਆਪਣੀ ਸਿੱਖਿਆ ਅਨੁਸਾਰ ਸਿੱਖਿਆ ਦੀ ਸਮਝ ਦੇਣ ਤੇ ਉਹਦੇ ਅਨੁਸਾਰ ਜੀਵਨ ਜੀਉਣ ਦਾ ਬਲ ਦੇਣ ਤਾਂ ਕਿ ਅਸੀਂ ਦੂਜਿਆਂ ਦੇ ਨੁਕਸ ਕੱਢਣ ਦੀ ਬਜਾਏ ਆਪਣਾ ਸਵੈ ਪਰਚੋਲ ਕਰਨ ਦਾ ਰਸਤਾ ਅਖਤਿਆਰ ਕਰ ਲਈਏ ਫਿਰ ਸੱਚਮੁੱਚੇ ਉਹਨਾਂ ਮਹਾਨ ਯੋਧਿਆਂ ਦੀ ਸ਼ਹਾਦਤ ਨੂੰ ਸ਼ਰਧਾਂਜਲੀ ਹੋਵੇਗੀ ਜਿਨ੍ਹਾਂ ਨੇ ਸਾਡੇ ਵਾਸਤੇ ਗੁਰੂ ਸਾਹਿਬ ਨੇ ਇਹੀ ਕਿਹਾ ਸੀ ਨਾ ਇਹਨਾਂ ਪੁੱਤਰਨ ਕੇ ਸੀਸ 'ਤੇ ਭਾਰਤੀਏ ਸੋਤਚਾਰ ਚਾਰ ਮੂਏ ਤੋਂ ਕੀ ਹੁਆ ਜੀਵਤ ਕਈ ਹਜ਼ਾਰ ਉਹ ਜਿਹੜੇ ਜੀਵਤ ਕਈ ਹਜ਼ਾਰ ਸੀ ਉਹ ਅਸੀਂ ਸੀ ਸਾਡੇ ਵਾਸਤੇ ਗੁਰੂ ਸਾਹਿਬ ਨੇ ਇਨੀਆਂ ਕੁਰਬਾਨੀਆਂ ਕੀਤੀਆਂ ਸੀ ਹੁਣ ਅਸੀਂ ਆਪਣਾ ਜਿਹੜਾ ਫਰਜ ਹੈ ਉਸ ਦੀ ਪਛਾਣ ਕਰਨੀ ਹੈ ਉਸ ਅਨੁਸਾਰ ਆਪਣਾ ਜੀਵਨ ਜਿਉਣਾ ਹੈ ਇਹਨਾਂ ਹੀ ਸ਼ਬਦ ਮੈਂ ਆਪ ਜੀ ਦੇ ਨਾਲ ਸਾਂਝਾ ਕਰਦਾ ਹੋਇਆ ਅੱਜ ਦੇ ਸਮੁੱਚੇ ਪ੍ਰੋਗਰਾਮ ਦੇ ਦੌਰਾਨ अनेका ਭੁਲਾਾਂ ਦੀ ਸੰਗਤਾਂ ਪਾਸੋਂ ਖੇਮਾ ਮੰਗਦਾ ਮੇਰੀ ਪੀਰੀ ਗੁਰਦੁਆਰਾ ਬਰੌਡਵੇ ਸਾਊਥ ਹਾਲ ਦੇ ਪ੍ਰਬੰਧਕ ਉੱਥੇ ਦੀ ਸੰਗਤ ਉੱਥੇ ਆਏ ਹੋਏ ਸਤਿਕਾਰਯੋਗ ਸੱਜਣ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਅਗਲੇ ਹਫ਼ਤੇ ਫੇਰ ਆਪ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਹੋ ਮੰਗੇ ਆਪ ਜੀ ਨੇ ਅਸੀਸ ਦੇਣੀ ਸਤਿਗੁਰੂ ਸੱਚੇ ਪਾਤਸ਼ਾਹ ਕੀ ਕਿਰਪਾ ਕਰਨ ਭੁੱਲਾਂ ਤੋਂ ਬਚਾ ਕੇ ਰੱਖਣ ਆਓ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ